ਸ਼ੁਰੂਆਤ ਕਰੀਏ, ਕੀ ਕਹਿਣਾ ਚਾਹੋਗੇ? ਅੱਜ ਜਿਵੇਂ ਕਹਿੰਦੇ ਨੇ ਸੱਤਾ ਸੱਤਰ ਦੀ ਜਿਵੇਂ ਇਹ ਦਿਨ ਆਏ, ਪੰਨਾ ਬੰਦੀ ਬਾਹਰ ਖੜ੍ਹੇ, ਉਸ ਰਲ ਨੂੰ ਸਾਬਤ ਕਰਦੀ ਹੈ। 6 ਮਹੀਨੇ ਪਹਿਲਾਂ ਅਸੀਂ ਵੇਟ ਕਰਨ ਲੱਗ ਜਾਂਦੇ ਹਾਂ ਅਗਲੀ ਫਸਲ ਦੀ, ਅਤੇ ਕਣਕ ਦੀ ਫਸਲ ਬਹੁਤ ਹੀ ਭਾਗਿਆਸ਼ਾਲੀ ਔਰ ਵਜਨ 'ਚ ਵੀ ਰੇਟ 'ਚ ਵੀ ਕਿਸੇ ਚੀਜ਼ 'ਚ ਕੋਈ ਦਿੱਕਤ ਨਹੀਂ। ਥੋੜ੍ਹਾ ਰੇਟ ਘੱਟ ਹੈ, ਰੇਟ ਥੋੜ੍ਹਾ ਜਿਹਾ ਹੋਰ ਵਧਾਉਣ ਦੇ ਤਾਂ ਕਿਸਾਨ ਨੂੰ ਜ਼ਿਆਦਾ ਲਾਹਾ ਹੋ ਜਾਂਦਾ। ਬਸ ਮੈਂ ਤਾਂ ਪਰਮਾਤਮਾ 'ਤੇ ਇਹ ਅਰਦਾਸ ਕਰੂੰ ਕਿ ਇਹਨਾਂ ਨੂੰ ਵੱਧ ਤੋਂ ਵੱਧ ਆਪਣਾ ਦੇਵੇ, ਤਾਂ ਜੋ ਸਾਡੇ ਇੱਥੇ ਦੂਜੇ ਆਮ ਲੋਕਾਂ ਦੇ ਕੰਮ ਵੀ ਰੁਜ਼ਗਾਰ ਵੱਧ ਤੋਂ ਵੱਧ ਕਰੇ। ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ? ਕਿਸਾਨਾਂ ਨੂੰ ਮੈਂ ਬੇਨਤੀ ਕਰੂੰਗਾ, ਕਹਿਣਾ ਤਾਂ ਜ਼ਰੂਰ ਤਾਂ ਕਰਦੇ ਕਰਦੇ ਕਿ ਸੁਕਾ ਕੇ ਵਧੀਆ ਮਾਲ ਲੈ ਕੇ ਆਉਣਾ, ਸਵੇਰੇ ਲਿਆਉਣ, ਸ਼ਾਮ ਨੂੰ ਖਾਲੀ ਹੋ ਕੇ ਆਪਣੇ ਘਰ ਨੂੰ ਚਲੀ ਜਾਣਾ, ਵੀ ਸੁੱਕਾ ਮਾਲ ਹੀ ਲੈ ਕੇ ਆਉਣਾ।